ਹੈਲੋ ਸਟੂਡੈਂਟਸ ਸਾਇਫਾਈ ਸਟੱਡੀ ਉੱਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਡਿਸਕਸ ਕਰਨਾ ਹੈ ਟੈਸਟ ਨੰਬਰ 20 ਇਸ ਤੋਂ ਪਹਿਲਾਂ ਆਪਾਂ 19 ਟੈਸਟ ਨੇ ਜਿਹੜੀ ਡਿਸਕਸ ਕਰ ਚੁੱਕੇ ਆ ਜਿਹਦੇ ਵਿੱਚ ਤਕਰੀਬਨ ਆਪਣੇ 100 ਪਲੱਸ ਕੁਐਸਚਨ ਨੇ ਜਿਹੜੇ ਹੋ ਚੁੱਕੇ ਐ ਦੇਖੋ ਕੁਐਸਚਨ ਨੰਬਰ 101 ਆਪਣੇ ਕੋਲ ਹੈਗਾ ਦਾ ਐਮ ਕੇ ਐਸ ਸਿਸਟਮ ਵਾਸ ਫਸਟ ਇੰਟਰਡਿਊਸ ਬਾਈ ਕਿ ਜਿਹੜਾ ਐਮ ਕੇ ਐਸ ਸਿਸਟਮ ਸੀਗਾ ਉਹ ਕਿਹਨੇ ਇੰਟਰਡਿਊਸ ਕੀਤਾ ਸੀ ਸਭ ਤੋਂ ਪਹਿਲਾਂ ਆਪਾਂ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਐਮ ਕੇ ਐਸ ਸਿਸਟਮ ਹੈ ਕੀ ਹੈ ਠੀਕ ਹੈ ਆਪਾਂ ਨੂੰ ਪਤਾ ਹੈ ਕਿ ਜਿਹੜੀਆਂ ਆਪਣੇ ਕੋਲ ਕੁਆਂਟੀਟੀਆਂ ਨੇ ਲੈਂਥ ਮਾਸ ਐਂਡ ਟਾਈਮ ਉਹਨੂੰ ਆਪਾਂ ਕਿਸੇ ਯੂਨਿਟਾਂ ਦੇ ਨਾਲ ਡਿਸਕ੍ਰਾਈਬ ਕਰਦੇ ਹਾਂ ਤਾਂ ਉਹ ਜਿਹੜੀਆਂ ਯੂਨਿਟਾਂ ਨੇ ਉਹਨਾਂ ਦੇ ਹੀ ਅਲੱਗ-ਅਲੱਗ ਆਪਣੇ ਕੋਲ ਸਿਸਟਮ ਬਣੇ ਹੋਏ ਆ ਜਿਹੜੇ ਕੀ ਨੇ ਸੀਜੀਐਸ ਸਿਸਟਮ ਐਮਕੇਐਸ ਸਿਸਟਮ ਐਂਡ ਐਫਪੀਐਸ ਸਿਸਟਮ ਇਹਨਾਂ ਨੇ ਆਪਾਂ ਨੂੰ ਪੁੱਛਿਆ ਐਮਕੇਐਸ ਸਿਸਟਮ ਦੇ ਬਾਰੇ ਦੇਖੋ ਐਮ ਦਾ ਮਤਲਬ ਕੀ ਹੈ ਮੀਟਰ ਕੀ ਇਹਦਾ ਮਤਲਬ ਕਿਲੋਗ੍ਰਾਮ ਐਸਾ ਮਤਲਬ ਸੈਕਿੰਡ ਕਿ ਆਪਾਂ ਲੈਂਥ ਮਾਸ ਤੇ ਟਾਈਮ ਨੂੰ ਮੀਟਰ ਕਿਲੋਗ੍ਰਾਮ ਤੇ ਸੈਕਿੰਡਸ ਦੇ ਵਿੱਚ ਲਿਖਦੀ ਸੀ ਤਾਂ ਹੀ ਆਪਾਂ ਨੂੰ ਕੀ ਨੇ ਦੱਸਿਆ ਸੀ ਦੇਖੋ ਇਹਦਾ ਰਾਈਟ ਆਨਸਰ ਕੀ ਆਪਣੇ ਕੋਲੇ ਗੌਰ ਜੀ ਇਹ ਨੇ ਦੱਸਿਆ ਸੀ ਆਪਾਂ ਨੂੰ ਬਟ ਆਪਾਂ ਨੂੰ ਇਹ ਦੋ ਜਿਹੜੇ ਹੈਗੇ ਨੇ ਇਹ ਵੀ ਪੁੱਛੇ ਜਾ ਸਕਦੇ ਨੇ ਕਿ ਸੀਜੀਐਸ ਦਾ ਕੀ ਮਤਲਬ ਹੁੰਦਾ ਹੈ ਸੈਂਟੀਮੀਟਰ ਗ੍ਰਾਮ ਸੈਕਿੰਡ ਐਫਪੀਐਸ ਦਾ ਕੀ ਮਤਲਬ ਹੁੰਦਾ ਹੈ ਫੁੱਟ ਪਾਉਂਡ ਸੈਕਿੰਡ ਠੀਕ ਹੈ ਜੀ ਇਹ ਵੀ ਤੁਸੀਂ ਧਿਆਨ ਚ ਰੱਖਣਾ ਨੈਕਸਟ ਕੁਐਸਚਨ ਹੈਗਾ ਵਿਚ ਆਫ ਦਾ ਫੋਲੋਇੰਗ ਆਰ ਕੈਮੀਕਲ ਚੇਂਜ ਕੈਮੀਕਲ ਚੇਂਜ ਕਿਹੜੇ ਹੁੰਦੀ ਹੈ ਜਿਹੜੇ ਵਾਪਸ ਨਹੀਂ ਹੋ ਸਕਦੇ ਰਿਵਰਸ ਨਹੀਂ ਹੋ ਸਕਦੇ ਜਿਵੇਂ ਕਿ ਦੁੱਧ ਤੋਂ ਦਹੀਂ ਦਾ ਬਣਨਾ ਅਗਰ ਇੱਕ ਵਾਰ ਦਹੀਂ ਬਣ ਗਿਆ ਤਾਂ ਵਾਪਸ ਦੁੱਧ ਨਹੀਂ ਬਣ ਸਕਦਾ ਠੀਕ ਹੈ ਫਿਜ਼ੀਕਲ ਚੇਂਜ ਕਿਹੜੇ ਹੁੰਦੇ ਆ ਜਿਹੜੇ ਵਾਪਸ ਹੋ ਸਕਦੇ ਆ ਜਿਸ ਤਰ੍ਹਾਂ ਆਪਾਂ ਪਾਣੀ ਤੋਂ ਬਰਫ਼ ਜਮਾ ਲਈ ਤੇ ਬਰਫ਼ ਨੂੰ ਪਿਘਲਾ ਕੇ ਆਪਾਂ ਵਾਪਸ ਵੀ ਪਾਣੀ ਬਣਾ ਸਕਦੇ ਆ ਉਹ ਹੋਗੇ ਫਿਜ਼ੀਕਲ ਚੇਂਜ ਤਾਂ ਦੇਖੋ ਕੁਕਿੰਗ ਆਫ ਫੂਡ ਅਗਰ ਆਪਾਂ ਇੱਕ ਵਾਰੀ ਭੋਜਨ ਪਕਾ ਲਿਆ ਤਾਂ ਆਪਾਂ ਵਾਪਸ ਜਿਹੜੀ ਸੀ ਜਿਉਂ ਤੋਂ ਬਣਾਇਆ ਸੀ ਉਹ ਨਹੀਂ ਬਣਾ ਸਕਦੇ ਇਹਦਾ ਮਤਲਬ ਇਹ ਕੈਮੀਕਲ ਚੇਂਜ ਹੈ ਡਾਈਜੈਸ਼ਨ ਆਫ ਫੂਡ ਇੱਕ ਵਾਰੀ ਭੋਜਨ ਆਪਣੇ ਪਚ ਗਿਆ ਤਾਂ ਵਾਪਸ ਆਪਾਂ ਭੋਜਨ ਨਹੀਂ ਬਣਾ ਸਕਦੇ ਇਹ ਵੀ ਕੀ ਆਪਣੇ ਕੋਲੇ ਕੈਮੀਕਲ ਚੇਂਜਸ ਫ੍ਰੀਜ਼ਿੰਗ ਆਫ ਵਾਟਰ ਪਾਣੀ ਨੂੰ ਜਮਾਉਣਾ ਦੇਖੋ ਅਗਰ ਪਾਣੀ ਜੰਮਿਆ ਤਾਂ ਉਹ ਆਪਾਂ ਗਰਮ ਕਰਕੇ ਫਿਰ ਲਾ ਵੀ ਸਕਦੇ ਹਾਂ ਤਾਂ ਇਹ ਕੀ ਫਿਜ਼ੀਕਲ ਚੇਂਜ ਹੈ ਵਾਟਰ ਇਜ਼ ਹੀਟਡ ਅਪ ਪਾਣੀ ਨੂੰ ਗਰਮ ਕਰਨਾ ਵੀ ਕੀ ਇੱਕ ਫਿਜ਼ੀਕਲ ਚੇਂਜ ਹੈ ਤਾਂ ਇਹਨਾਂ ਨੇ ਆਪਾਂ ਨੂੰ ਕੈਮੀਕਲ ਚੀਜ਼ ਹੀ ਪੁੱਛਿਆ ਇਸ ਕਰਕੇ ਕੀ ਆ ਗਿਆ ਆਪਸ਼ਨ ਨੰਬਰ A ਐਂਡ B A ਕੀ ਆ ਗਿਆ ਆਪਣਾ ਰਾਈਟ ਆਨਸਰ ਆ ਗਿਆ ਨੈਕਸਟ ਆ ਗਿਆ ਕੁਐਸਚਨ ਨੰਬਰ 103 ਪਰਮਨੈਂਟ ਹਾਰਡਨੈਸ ਆਫ ਵਾਟਰ ਕੈਨ ਬੀ ਰਿਮੂਵਡ ਬਾਈ ਆਪਾਂ ਨੂੰ ਪਤਾ ਹੈ ਕਿ ਦੋ ਤਰ੍ਹਾਂ ਦੇ ਵਾਟਰ ਹੁੰਦੇ ਆ ਹਾਰਡ ਐਂਡ ਸੌਫਟ ਅਗਰ ਆਪਾਂ ਹਾਰਡਨੈਸ ਰਿਮੂਵ ਕਰਨੀ ਹੈ ਪਾਣੀ ਦੇ ਵਿੱਚੋਂ ਤਾਂ ਆਪਾਂ ਕੀ ਪਾਵਾਂਗੇ ਦੇਖੋ ਆਪਾਂ ਕੀ ਪਾਵਾਂਗੇ ਵਾਸ਼ਿੰਗ ਸੋਡਾ ਵਾਸ਼ਿੰਗ ਸੋਡਾ ਪਾਵਾਂਗੇ ਆਪਾਂ ਪਾਣੀ ਦੇ ਵਿੱਚੋਂ ਹਾਰਡਨੈਸ ਨੂੰ ਖਤਮ ਕਰਨ ਦੇ ਲਈ ਇਹਦੇ ਪਾਇਨਲ ਹੁੰਦਾ ਕੀ ਹੈ ਦੇਖੋ ਕਹਿੰਦੇ ਜਦੋਂ ਆਪਾਂ ਵਾਸ਼ਿੰਗ ਸੋਡਾ ਪਾਉਣੀ ਆ ਤਾਂ ਜਿਹੜੇ ਕੈਲਸ਼ੀਅਮ ਤੇ ਮੈਗਨੀਸ਼ੀਅਮ ਦੇ ਆਇਨਸ ਨੇ ਉਹ ਕੀ ਹੋ ਜਾਂਦੇ ਨੇ ਪ੍ਰੈਸੀਪਿਟੇਟ ਹੋ ਜਾਂਦੇ ਨੇ ਪ੍ਰੈਸੀਪਿਟੇਟਾ ਮਤਲਬ ਕਿਉਂਕਿ ਉਹ ਘੁਲਦੇ ਤਾਂ ਹੈ ਨਹੀਂ ਵਿੱਚ ਇਸ ਕਰਕੇ ਉਹ نیچے بیٹھ ਜਾਂਦੇ ਆ ਤੇ ਆਪਾਂ ਫਿਲਟਰੇਸ਼ਨ ਕਰਕੇ ਉਹਨਾਂ ਨੂੰ इजीली ਫਿਲਟਰ ਆਊਟ ਕਰ ਸਕਦੇ ਆ ਇਸ ਕਰਕੇ ਹਾਰਡਨੈਸ ਜਿਹੜੀ ਰਿਮੂਵ ਹੋ ਜਾਂਦੀ ਹੈ ਸੈਕੰਡਰੀ ਦਾ ਮੈਥਡ ਹੈਗਾ ਆਇਨ ਐਕਸਚੇਂਜ ਮੈਥਡ ਜਿਹੜਾ ਕਿ ਆਪਾਂ ਹਾਇਰ ਕਲਾਸਸ ਦੇ ਵਿੱਚ ਪੜ੍ਹਦੇ ਆਂ ਤਾਂ ਆਪਾਂ ਕੀ ਪੜਨਾ ਵਾਸ਼ਿੰਗ ਸੌਲਡਾ ਪੈਡ ਕਰਦੇ ਆਂ ਵੀ ਉਹ ਇਨਸੋਲਵਬਲ ਹੋ ਕੇ ਇੰਪਿਉਰिटीज ਨੂੰ ਆਪਾਂ ਫਿਲਟਰ ਆਊਟ ਕਰ ਲੀ। ਨੈਕਸਟ ਹੈਗਾ 104 ਕੁਐਸਚਨ ਵਿਚ ਵਨ ਆਫ ਦਾ ਫੋਲੋਇੰਗ ਮਿਕਸਚਰ ਇਜ਼ ਹੋਮੋਜੀਨियस ਸਭ ਤੋਂ ਪਹਿਲਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਹੋਮੋਜੀਨियस ਦਾ ਕੀ ਮਤਲਬ ਹੈ ਹੋਮੋਜੀਨियस ਦਾ ਮਤਲਬ ਹੈ ਇੱਕੋ ਜਿਹਾ ਫੇਸ ਕਿ ਅਗਰ ਦੋ ਚੀਜ਼ਾਂ ਆਪਾਂ ਘੋਲ ਲਈਏ ਤਾਂ ਬਿਲਕੁਲ ਵੀ ਪਤਾ ਨਾ ਚੱਲੇ ਕਿ ਦੋ ਚੀਜ਼ਾਂ ਪਛਮਿਕਸ ਹੋਈਆਂ ਹੋਈਆਂ ਜਿਸ ਤਰ੍ਹਾਂ ਕਿ ਆਪਾਂ ਪਾਣੀ ਦੇ ਵਿੱਚ ਅਗਰ ਖੰਡ ਘੋਲਦੇ ਹਾਂ ਤਾਂ ਬਿਲਕੁਲ ਘੁਲ ਜੂਗੀ ਆਪਾਂ ਨੂੰ ਨਹੀਂ ਪਤਾ ਚੱਲਣਾ ਕਿ ਇਸ ਪਾਣੀ ਦੇ ਵਿੱਚ ਖੰਡ ਹੈ ਜਿਹੜੀ ਘੋਲੀ ਹੋਈ ਹੈ ਠੀਕ ਹੈ ਤਾਂ ਇਹਦੇ ਵਿੱਚ ਰਾਈਟ ਆਨਸਰ ਕੀ ਹੋਊਗਾ ਮਿਥੇਨੋਲ ਐਂਡ ਵਾਟਰ ਮਿਥੇਨੋਲ ਨੂੰ ਤੁਸੀਂ ਇੱਕ ਤਰ੍ਹਾਂ ਸ਼ਰਾਬ ਲੈ ਸਕਦੇ ਹੋ ਅਗਰ ਤੁਸੀਂ ਉਹਨੂੰ ਪਾਣੀ ਦੇ ਵਿੱਚ ਮਿਲਾਉਂਗੇ ਤਾਂ ਬਿਲਕੁਲ ਘੁਲ ਜੂ ਠੀਕ ਹੈ ਬਿਲਕੁਲ ਵੀ ਕੋਈ ਪ੍ਰੈਸੀਪਿਟੇਟ ਜਾਂ ਕੋਈ ਚੀਜ਼ نیچے ਨਹੀਂ ਬੈਠਣੀ ਕੰਪਲੀਟਲੀ ਮਿਕਸ ਹੋ ਜਾਣਗੇ ਇਸ ਕਰਕੇ ਕਿ ਇਹ ਨਹੀਂ ਹੋ ਨੈਕਸਟ ਕੁਐਸਚਨ ਹੈਗਾ ਸੋਡੀਅਮ ਕਾਰਬੋਨੇਟ ਕ੍ਰਿਸਟਲ ਲੂਸ ওয়াটার ਮੋਲੀਕিউਲ this ਪ੍ਰੋਪਰਟੀ ਇਸ ਕਾਲਡ ਦੇਖੋ ਜਿਸ ਤਰ੍ਹਾਂ ਕੀ ਆਪਣੇ ਕੋਲੇ ਨਮਕ ਹੈ ਅਗਰ ਨਮਕ ਬਾਹਰ ਹਵਾ ਦੇ ਵਿੱਚ ਪਿਆ ਰਹੇ ਤਾਂ ਆਪਾਂ ਨੂੰ ਪਤਾ ਗਿੱਲਾ ਗਿੱਲਾ ਜਾ ਹੋ ਜਾਂਦਾ ਇਟ ਮੀਨਸ ਉਹ ਆਪਣੇ ਅੰਦਰਲਾ ওয়াটার ਕੀ ਹੈ ਲਾਸ ਕਰ ਦਿੰਦਾ ਇਸ ਪ੍ਰੋਪਰਟੀ ਨੂੰ ਆਪਾਂ ਕਹਿੰਦੇ ਆ ਫਲੋਰਸੈਂਸ ਠੀਕ ਹੈ ਫਲੋਰਸੈਂਸ ਕਹਿੰਦੇ ਆ ਨੂੰ ਆਪਾਂ ਦੇਖੋ ਇਸ ਚ ਤੁਸੀਂ ਦੇਖ ਸਕਦੇ ਹੋ ਕਿ ਜਿਵੇਂ ਦਾ ਹਾਈਡਰੇਟਡ ਸਬਸਟੈਂਸ ਫਰੋਮ ਅ ਵਾਈਟ ਪਾਊਡਰ it is believed that the hydrated substance partially loss water of crystallization jimmey ki apa kandan di upar jada hega chitta chitta chuna ya jammeya dekhde ha o ki hunda efflorescence karke hunda o ki water loss kar dindi hai property theek hai jimmey tusi ide vich dekh sakde ho koi salt apne kole jada he water loss kar duga sodium carbonate jada apa hawa de vich rakhangi ta he water nu ki kaddu loss kar do te gilla gilla japa nu feel huga ਹਾਂਜੀ ਬਹੁਤ ਸਾਰੇ ਕੁਐਸਚਨ ਕਰਨੀਆਂ ਅਗਰ ਤੁਹਾਨੂੰ ਕੁਐਸਚਨ ਸਮਝ ਆਉਂਦੇ ਹੈ ਤਾਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਆ ਕਰੋ ਕਿ ਹਾਂ ਟੈਕਨਿਕ ਸਹੀ ਹੈ ਅਗਰ ਤੁਹਾਨੂੰ ਕੋਈ ਵੀ ਡਾਊਟ ਲੱਗਦਾ ਜਾਂ ਕੋਈ ਚੇਂਜ ਚਾਹੀਦਾ ਤਾਂ ਵੀ ਤੁਸੀਂ ਆਪਣਾ ਸੁਝਾਸ਼ਨ ਜਿਹੜਾ ਕਮੈਂਟ ਬਾਕਸ ਦੇ ਵਿੱਚ ਦੇ ਸਕਦੇ ਹੋ ਅਗਰ ਤੁਸੀਂ ਇਹ ਸਾਰੇ ਜਿਹੜੇ ਟੈਸਟ ਸੀਰੀ ਚੱਲ ਰਹੀ ਹੈ ਆਪਣੀ ਉਹਨਾਂ ਦੇ ਪੀਡੀਐਫ ਲੈਣੇ ਆ ਤਾਂ ਤੁਸੀਂ ਟੈਲੀਗ੍ਰam ਗਰੁੱਪ ਨੂੰ ਜੁਆਇਨ ਕਰੋ ਜਿਹਦੇ ਵਿੱਚ ਸਾਰੇ ਹੀ ਸਬਜੈਕਟ ਜਿਹੜੇ ਤੁਹਾਡੇ ਪੇਪਰ ਦੇ ਨਾਲ ਰਿਲੇਟਡ ਨੇ ਉਹਨਾਂ ਦੇ ਐਮਸੀਕਿਊ ਵੀ ਪਾਈ ਜਾਂਦੀ ਹੈ ਤੇ ਸਾਰੇ ਤਰ੍ਹਾਂ ਦੇ ਪੀਡੀਐਫ ਵੀ ਪਾਈ ਜਾਂਦੀ ਹੈ ਟੈਲੀਗ੍ਰਾਮ ਦਾ ਲਿੰਕ ਜਿਹੜਾ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦਿੱਤਾ ਹੋਇਆ ਤੁਸੀਂ ਜਾ ਕੇ ਗਰੁੱਪ ਨੂੰ ਜੁਆਇਨ ਕਰ ਸਕਦੇ ਹੋ ਐਂਡ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਰੱਖੋ ਤਾਂ ਜੋ ਤੁਹਾਨੂੰ ਹਰ ਇੱਕ ਲੇਟੈਸਟ ਵੀਡੀਓ ਦੀ ਅਪਡੇਟ ਮਿਲਦੀ ਰਹੇ ਨੈਕਸਟ ਕੁਐਸਚਨ ਹੈਗਾ ਹੈ ਕੁਐਸਚਨ ਨੰਬਰ 106 ਵਟ ਪ੍ਰੀਵੈਂਟਸ ਬੈਕ ਫਲੋ ਆਫ ਬਲੱਡ ਇਨਸਾਈਡ ਦਾ ਹਰਟ 杜ਰਿੰਗ ਅ ਕੰਟ੍ਰੈਕਸ਼ਨ ਕਹਿੰਦੇ ਜਦੋਂ ਆਪਣਾ ਦਿਲਾ ਜਿਹੜਾ ਸੁੰਗੜਦਾ ਜਾਂ ਫੈਲਦਾ ਹੈ ਤਾਂ ਜਿਹੜਾ ਆਪਣੇ ਦਿਲ ਦੇ ਵਿੱਚ ਖੂਨ ਆਉਂਦਾ ਹੈ ਉਹ ਵਾਪਸ ਨਾ ਚਲਾ ਜਾਵੇ ਠੀਕ ਹੈ ਜਿਵੇਂ ਆਇਆ ਸੀਗਾ ਵਾਪਸ ਫਲੋ ਨਾ ਕਰ ਜੇ ਤਾਂ ਉਹਦੇ ਲਈ ਕਿਹੜੀ ਚੀਜ਼ ਕੰਮ ਕਰਦੀ ਹੈ ਉਹ ਕਰਦੇ ਆ ਦਿਲ ਵਿੱਚ ਜਿਹੜੇ ਆਪਣੇ ਵਾਲਵ ਲੱਗੇ ਹੁੰਦੇ ਆ ਉਹ ਵਾਪਸ ਬੈਕ ਨਹੀਂ ਜਾਣ ਦਿੰਦੇ ਬਲੱਡ ਨੂੰ ਦੇਖੋ ਕਿਵੇਂ ਕੀ ਪਿਕਚਰ ਦੇ ਥਰੂ ਦੇਖਦੇ ਆ ਵਾਲਵਸ ਪ੍ਰੀਵੈਂਟ ਦਾ ਬੈਕ ਫਲੋ ਆਫ ਬਲੱਡ ਬਾਏ ਓਪਨਿੰਗ ਐਂਡ ਕਲੋਜ਼ਿੰਗ ਟਾਈਟਲੀ ਦਾ ਗਾਈਡ ਦਾ ਫਲੋ ਆਫ ਬਲੱਡ ਇਨ ਅ ਸਪੈਸਿਫਿਕ ਡਾਇਰੈਕਸ਼ਨ ਇੱਕ ਹੀ ਕਰਦੇ ਨੇ ਜਿਵੇਂ ਆਪਣੇ ਕੋਲੇ ਕੀ ਹੈ ਓਪਨ ਹੋ ਜਾਂਦੇ ਨੇ ਬਾਲ ਤੇ ক্লোਜ਼ ਹੋ ਜਾਂਦੇ ਨੇ ਠੀਕ ਹੈ ਜਦੋਂ ਕੰਟ੍ਰੈਕਸ਼ਨ ਹੁੰਦੀ ਹੈ ਬਾਲ ਬੰਦ ਹੋ ਜਾਂਦੇ ਨੇ ਜਿਹੜਾ ਬਲੱਡ ਉਹ ਬਾਹਰ ਨਹੀਂ ਜਾਂ ਦਿੰਦੇ ਇਸ ਕਰਕੇ ਬਾਲ ਨੇ ਜਿਹੜੇ ਇਹ ਕੰਮ ਕਰਦੇ ਆ ਨੈਕਸਟ ਹੈ ਕਿ ਕੁਐਸਚਨ ਨੰਬਰ 107 ਛੋਟੀ ਆਂਦਰ ਵਿੱਚ ਪ੍ਰੋਟੀਨ ਦੇ ਪਚਣ ਲਈ ਜ਼ਿੰਮੇਵਾਰ ਹੈ ਕਿ ਜਿਹੜੇ ਪ੍ਰੋਟੀਨਸ ਨੇ ਉਹਨਾਂ ਦੇ ਪਚਣ ਦੇ ਲਈ ਕਿਹੜੀ ਚੀਜ਼ ਜ਼ਿੰਮੇਵਾਰ ਹੈ ਆਪਾਂ ਨੂੰ ਪਤਾ ਕਿ ਪ੍ਰੋਟੀਨ ਨੇ ਜਿਹੜੇ ਉਹ ਪੇਟ ਤੇ ਛੋਟੀ ਆਂਦਰ ਦੇ ਵਿੱਚ ਪਚਦੇ ਆ ਠੀਕ ਹੈ ਤਾਂ ਇਹਨਾਂ ਲਈ ਜ਼ਰੂਰੀ ਜਿਹੜਾ ਐਨਜ਼ਾਈਮ ਹੈ ਉਹ ਕੀ ਹੈਗਾ ਟੈਪਸਿਨ ਟੈਪਸਿਨ ਉਹ ਐਨਜ਼ਾਈਮ ਆ ਜਿਹੜੇ ਇਹਨਾਂ ਨੂੰ ਪਚਾਉਣ ਦੇ ਵਿੱਚ ਮਦਦ ਕਰਦਾ ਹੈ ਦੇਖੋ ਕਹਿੰਦੇ ਪੈਪਟਾਈਡਸ ਆਰ ਐਨਜ਼ਾਈਮਸ ਰਿਸਪੌਂਸਿਬਲ ਫਾਰ ਪ੍ਰੋਟੀਨ ਡਾਈਜੈਸ਼ਨ ਪ੍ਰੋਟੀਨ ਦਾ ਡਾਈਜੈਸ਼ਨ ਜਿਹੜੀ ਉਹ ਕਿੱਥੇ ਹੁੰਦੀ ਹੈ ਸਟਮਕ ਐਂਡ ਇੰਟੈਸਟਾਈਨ ਦੇ ਵਿੱਚ ਹੁੰਦੀ ਹੈ ਜਾਨੀ ਕਿ ਛੋਟੀ ਆਂਦਰ ਦੇ ਵਿੱਚ ਹੁੰਦੀ ਹੈ ਨੈਕਸਟ ਕੁਐਸਚਨ ਹੈਗਾ ਅਕਸਰ ਆਕਾਰ ਵਿੱਚ ਛੋਟੇ ਹੁੰਦੇ ਹਨ ਤਾਂ ਦੇਖੋ ਦਾ ਸੀ ਤੇ ਡੀ অপਸ਼ਨ ਦਾ ਬਿਲਕੁਲ ਵੀ ਨਹੀਂ ਆ ਸਕਦਾ ਕਿ ਕੋਈ ਵੀ ਨਹੀਂ ਹੋ ਸਕਦਾ ਜਾਂ ਦੋਨੇ ਹੋ ਸਕਦੇ ਨੇ ਤਾਂ ਦਾ ਮਤਲਬ ਇਹਨਾਂ ਦੋਨੇ ਸੈੱਲਾਂ ਦੇ ਵਿੱਚੋਂ ਪੁੱਛਿਆ ਕਿ ਕਿਹੜਾ ਸੈੱਲ ਆ ਜਿਹੜਾ ਛੋਟਾ ਹੁੰਦਾ ਹੈ ਤਾਂ ਦਾ অপਸ਼ਨ ਹੋਊਗਾ অপਸ਼ਨ ਨੰਬਰ ਏ ਪ੍ਰੋਕਰੀਟਿਕ ਸੈੱਲ ਆ ਜਿਹੜਾ ਉਹ ਕੀ ਹੁੰਦਾ ਆਕਾਰ ਵਿੱਚ ਛੋਟੇ ਹੁੰਦੇ ਆ ਨੈਕਸਟ ਹੈਗਾ ਕੁਐਸਚਨ ਨੰਬਰ 109 ਹੇਠ ਲਿਖਿਆਂ ਵਿੱਚੋਂ ਰਸਤਾਨੀਆਂ ਰਸ ਧਾਨੀਆਂ ਦਾ ਕੀ ਕੰਮ ਰਸਤਾਨੀਆਂ ਕੀ ਕਰਦੀਆਂ ਨੇ ਭੰਡਾਰਾਂ ਦਾ ਕੰਮ ਕਰਦੀਆਂ ਨੇ ਸਟੋਰ ਕਰਦੀਆਂ ਨੇ ਠੀਕ ਹੈ ਨੈਕਸਟ ਹੈਗਾ ਕੁਐਸਚਨ ਨੰਬਰ 110 ਰੰਗਦਾਰ ਪਲਾਸਟਿਡ ਨੂੰ ਕੀ ਕਹਿੰਦੇ ਹਨ ਦੇਖੋ ਜਿਹੜੀ ਰੰਗਦਾਰ ਪਲਾਸਟਿਡ ਕਿਦੇ ਹੁੰਦੇ ਆ ਪੌਦਿਆਂ ਦੇ ਵਿੱਚ ਤਾਂ ਉਹ ਰੰਗਦਾਰ ਹੁੰਦੇ ਉਹਨਾਂ ਨੂੰ ਕੀ ਕਹਿੰਦੇ ਆਪਾਂ ਕਲੋਰੋਪਲਾਸਟ ਠੀਕ ਹੈ ਜਿਹੜੇ ਕਿ ਗ੍ਰੀਨ ਕਲਰ ਦੇ ਹੁੰਦੇ ਆ ਭੋਜਨ ਬਣਾਉਣ ਦੇ ਵਿੱਚ ਮਦਦ ਕਰਦੇ ਆ ਨੈਕਸਟ ਹੈਗਾ ਕੁਐਸਚਨ 111 ਸੈੱਲ ਥਿਊਰੀ ਕਿਸ ਨੇ ਦਿੱਤੀ ਸੀ ਤਾਂ ਦੇਖੋ ਸੈੱਲ ਦੀ ਜਿਹੜੀ ਥਿਊਰੀ ਹੈ ਉਹ ਆਪਾਂ ਨੇ ਦਿੱਤੀ ਸੀ ਸਲੀਡਨ ਅਤੇ ਸਵਾਨ ਨੇ ਠੀਕ ਹੈ ਜੀ ਯਾਦ ਰੱਖਿਓ ਯਾਦ ਕਰਨ ਵਾਲਾ ਕੁਐਸਚਨ ਹੈ ਸੈੱਲ ਥਿਊਰੀ ਆਪਾਂ ਨੂੰ ਸਲੀਡਨ ਐਂਡ ਸਵਾਨ ਨੇ ਦਿੱਤੀ ਸੀ ਨੈਕਸਟ ਹੈਗਾ ਕੁਐਸਚਨ ਨੰਬਰ 112 ਹੂ ਕਾਇੰਡ ਦਾ ਟਰਮ ਸੈੱਲ ਜਿਹੜਾ ਸੈੱਲ ਹੈ ਸਭ ਤੋਂ ਪਹਿਲਾਂ ਕਿਹਨੇ ਦੱਸਿਆ ਸੀ ਆਪਾਂ ਨੂੰ ਸੈੱਲ ਬਾਰੇ ਰੋਬਰਟ ਹੁੱਕ ਨੇ ਆਪਾਂ ਨੇ ਪੜਿਆ ਹੈ ਕਿ ਇਹਨੇ ਇੱਕ ਛਿਲਕਾ ਲਿਆ ਸੀ ਕਿਸੇ ਪੌਦੇ ਦਾ ਉਹ ਨੂੰ ਆਪਣੀ ਹੀ ਬਣਾਈ ਮਾਈਕਰੋਸਕੋਪ ਦੇ نیچے ਦੇਖਿਆ ਸੀ ਤੇ ਉਹ ਕੀ ਇੱਕ ਮੱਖੀਆਂ ਦੇ ਮધુਮੱਖੀਆਂ ਦੇ ਛੱਤੇ ਵਰਗਾ ਨੂੰ ਲੱਗਿਆ ਸੀ ਜਿਸ ਨੂੰ ਇਹਨੇ ਕੀ ਦਿੱਤਾ ਸੀ ਨਾਮ ਸੈੱਲ ਛੋਟਾ ਜਿਹਾ ਅਪਾਰਟਮੈਂਟ ਸੀ ਛੋਟਾ ਜਿਹਾ ਕਮਰਾ ਸੀ ਉਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਸੈੱਲ ਨੈਕਸਟ ਹੈਗਾ ਹੈ ਕੁਐਸਚਨ ਨੰਬਰ 113 ਹੂ ਕਾਈਂਡ ਦਾ ਟਰਮ ਪ੍ਰੋਟੋਪਲਾਜ਼ਮ ਤਾਂ ਪ੍ਰੋਟੋਪਲਾਜ਼ਮ ਨਾਂ ਦੀ ਟਰਮ ਕਿਹਨੇ ਦਿੱਤੀ ਸੀ ਆਪਾਂ ਨੂੰ ਪੋਰਕਨੀਸ ਠੀਕ ਹੈ ਇਹਨੇ ਆਪਾਂ ਨੂੰ ਸਭ ਤੋਂ ਪਹਿਲਾਂ ਪ੍ਰੋਟੋਪਲਾਜ਼ਮ ਟਰਮ ਬਾਰੇ ਇੰਟਰੋਡਿਊਸ ਕਰਵਾਇਆ ਸੀ ਨੈਕਸਟ ਬਿਲਕੁਲ ਈਜ਼ੀ ਕੁਐਸਚਨ ਕਾਫੀ ਵਾਰੀ ਪੜ ਚੁੱਕੀ ਆਪਾਂ ਜੀਵਨ ਦੀ ਮੁੱਢਲੀ ਇਕਾਈ ਕੀ ਹੈ ਆਪ ਨੂੰ ਪਤਾ ਸੈੱਲ ਕੀ ਹੈ ਜੀਵਨ ਦੀ ਬੇਸਿਕ ਮੁਢਲੀ ਇਕਾਈ ਹੈ ਜਿਹਨੂੰ ਆਪਾਂ ਸਟਰਕਚਰਲ ਐਂਡ ਫੰਕਸ਼ਨਲ ਯੂਨਿਟ ਕਹਿੰਦੇ ਆ ਠੀਕ ਹੈ ਸੈੱਲ ਤੋਂ ਹੀ ਮਿਲ ਕੇ ਅੱਗੇ ਸਾਰੀਆਂ ਚੀਜ਼ਾਂ ਬਣਦੀਆਂ ਨੇ ਸੈੱਲ ਤੋਂ ਮਿਲ ਕੇ ਟਿਸ਼ੂ ਬਣਦੇ ਆ ਟਿਸ਼ੂ ਤੋਂ ਮਿਲ ਕੇ ਆਰਗਨ ਬਣਦੇ ਆ ਫਿਰ ਆਰਗਨਸ ਤੋਂ ਮਿਲ ਕੇ ਪੂਰੀ ਦੀ ਪੂਰੀ ਬਾਡੀ ਬਣਦੀ ਹੈ ਨੈਕਸਟ ਹੈਗੇ ਕੁਐਸਚਨ ਨੰਬਰ 115 ਹੇਠ ਲਿਖਿਆਂ ਵਿੱਚੋਂ ਕਿਹੜਾ ਜੰਤੂ ਸੈੱਲ ਵਿੱਚ ਮੌਜੂਦ ਨਹੀਂ ਹੁੰਦਾ ਹੈ ਤਾਂ ਆਪਾਂ ਪਿੱਛੇ ਪੜ੍ਹ ਕੇ ਆ ਜਿਹੜਾ ਪਲਾਸਟਿਡ ਨੇ ਉਹ ਕਿਹਦੇ ਵਿੱਚ ਹੁੰਦੇ ਆ ਪੌਦਿਆਂ ਦੇ ਵਿੱਚ ਹੁੰਦੇ ਆ ਜੰਤੂਆਂ ਦੇ ਵਿੱਚ ਨਹੀਂ ਹੁੰਦੇ ਠੀਕ ਹੈ ਜੀ ਤਾਂ ਅੱਜ ਆਪਾਂ ਕਰਦੇ ਹਾਂ 115 ਕੁਐਸਚਨਸ ਆਈ ਹੋਪ ਤੁਹਾਨੂੰ ਸਾਰੇ ਕੁਐਸਚਨ ਕਲੀਅਰਲੀ ਸਮਝ ਆਏ ਹੋਣਗੇ ਤੇ ਸਾਰੀਆਂ ਵੀਡੀਓਜ਼ ਤੁਹਾਡੇ ਲਈ ਹੈਲਪਫੁਲ ਹੋਣੀਆਂ ਅਗਰ ਤੁਹਾਡੇ ਲਈ ਵੀਡੀਓਜ਼ ਤੁਹਾਡੇ ਪੇਪਰ ਲਈ ਇੰਪੋਰਟੈਂਟ ਹੈ ਹੈਲਪਫੁਲ ਹੈ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਹਾਂਜੀ ਵੀਡੀਓਜ਼ ਹੈਲਪਫੁਲ ਨੇ ਤੇ ਆਪਾਂ ਇਸ ਪ੍ਰੋਸੈਸ ਨੂੰ ਕੰਟੀਨਿਊ ਕਰਦੇ ਰਹੀਏ ਜੋ ਤੱਕ ਤੁਹਾਡਾ ਪੇਪਰ ਨਹੀਂ ਹੋ ਜਾਂਦਾ ਅਗਰ ਵੀਡੀਓ ਅੱਛੇ ਲੱਗਦੇ ਨੇ ਵੀਡੀਓਜ਼ ਨੂੰ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਐਂਡ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਥੈਂਕ ਯੂ